ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋਬ ਹਬ ਦੇ ਵਿੱਚ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਹੁਤ ਵੱਡੀ ਅਪਡੇਟ ਦੇ ਬਾਰੇ ਤੇ ਇਹ ਅਪਡੇਟ ਹੈ ਜੀ ਪੰਜਾਬ ਪਟਵਾਰੀ ਦਾ ਇਥੇ ਐਡਮਿਟ ਕਾਰਡ ਆਊਟ ਕਰ ਦਿੱਤਾ ਗਿਆ ਹੈ ਤੇ ਤੁਸੀਂ ਐਡਮਿਟ ਕਾਰਡ ਨੂੰ ਕਿਵੇਂ ਚੈੱਕ ਕਰ ਸਕਦੇ ਹੋ ਤੇ ਕੀ ਇਸ ਐਡਮਿਟ ਕਾਰਡ ਦੇ ਵਿੱਚ ਤੁਹਾਡਾ ਜੋ ਐਗਜ਼ਾਮ ਸਿਟੀ ਤੇ ਐਗਜ਼ਾਮ ਜੋ ਸੈਂਟਰ ਬਾਰੇ ਪਤਾ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਕਿਨੋ ਜਰੂਰ ਪ੍ਰੈਸ ਕਰਦੇ ਹੋ ਤੇ ਚਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਜੇਕਰ ਤੁਸੀਂ ਵੀ ਪੀਟਰ ਪਲੱਸ ਵੀ ਦੀ ਅਫੀਸ਼ੀਅਲ ਵੈਬਸਾਈਟ ਨੂੰ ਚੈੱਕ ਕਰ ਰਹੇ ਹੋ ਤਾਂ ਤੁਹਾਨੂੰ ਇੱਥੇ ਜੋ ਕਿ ਜੋ ਨਵੇਂ ਅਪਡੇਟ ਆਜਾਏ ਹਨ ਉਹ ਤੁਹਾਨੂੰ ਦਿਖਾਈ ਨਹੀਂ ਦੇ ਰਹੇ ਹਨ ਤੁਸੀਂ ਪੇਜ ਨੂੰ ক্লোਜ਼ ਕਰਕੇ ਨਵਾਂ ਪੇਜ ਓਪਨ ਕਰਕੇ ਇੱਥੇ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਜੋ ਕਿ ਦੋ-ਤਿੰਨ ਨਵੇਂ ਨੋਟਿਸ ਆ ਚੁੱਕੇ ਹਨ ਤੇ ਜਿਵੇਂ ਕਿ ਤੁਸੀਂ ਇੱਥੇ ਚੈੱਕ ਕਰ ਹੀ ਰਹੇ ਹੋ ਕਿ ਇੱਥੇ ਸਾਈਡ ਦੇ ਵਿੱਚ ਜੋ ਦੋ-ਤਿੰਨ ਨਵੇਂ ਨੋਟਿਸ 8 ਤਰੀਕ ਦੇ ਅਜਾ ਆ ਚੁੱਕੇ ਹਨ ਤੇ ਇੱਥੇ ਵੀ ਤੁਸੀਂ ਨੋਟਿਸਾਂ ਨੂੰ ਚੈੱਕ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਜੀ ਇੱਥੇ ਦੇਖ ਸਕਦੇ ਹੋ ਕਿ ਜੋ ਮੇਨ ਗੱਲ ਹੈ ਕਲਿਕ ਟੂ 뷰 ਡਾਊਨਲੋਡ ਐਡਮਿਟ ਕਾਰਡ ਰਿਟਨ ਐਗਜ਼ਾਮੀਨੇਸ਼ਨ ਜੋ ਪਟਵਾਰੀ ਦਾ ਐਗਜ਼ਾਮੀਨੇਸ਼ਨ ਹੈ 14 ਤਰੀਕ ਨੂੰ ਉਸ ਦੇ ਲਈ ਜੋ ਐਡਮਿਟ ਕਾਰਡ ਜਾਰੀ ਹੋ ਚੁੱਕਿਆ ਹੈ ਤੁਸੀਂ ਉਸ ਨੂੰ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਇੱਥੇ ਤੁਸੀਂ ਥੱਲੇ ਦੇਖ ਸਕਦੇ ਹੋ ਕਿ ਰਿਟਨ ਐਗਜ਼ਾਮੀਨੇਸ਼ਨ ਜੋ ਸक्राइब ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਐਕਜ਼ਾਈਜ਼ ਆ ਤੇ ਟੈਕਸ਼ਨ ਇੰਸਪੈਕਟਰ ਵਾਸਤੇ ਉਹ ਤੁਸੀਂ ਇੱਥੇ ਲੈ ਸਕਦੇ ਹੋ ਤੇ ਅਸੀਂ ਸਿਰਫ ਪਟਵਾਰੀ ਦੇ ਐਗਜ਼ਾਮ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਤੁਸੀਂ ਕਿਵੇਂ ਡਾਊਨਲੋਡ ਕਰਨਾ ਹੈ ਐਡਮਿਟ ਕਾਰਡ ਨੂੰ ਤਾਂ ਇਸ ਲਿੰਕ 'ਤੇ ਤੁਸੀਂ ਕਲਿਕ ਕਰਨਾ ਹੈ ਤੇ ਦੋਸਤੋ ਜੇਕਰ ਤੁਸੀਂ ਵੀ ਐਡਮਿਟ ਕਾਰਡ ਨੂੰ ਡਾਊਨਲੋਡ ਕਰਨਾ ਹੈ ਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਸਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਜਾ ਕੇ ਇਸ ਲਿੰਕ ਤੇ ਉੱਤੇ ਆ ਕੇ ਤੁਸੀਂ ਸਿੱਧਾ ਆਪਣੀ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਇੱਥੇ ਚੈੱਕ ਕਰ ਸਕਦੇ ਹੋ ਕਿ ਸਬਨੈਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਐਡਮਿਟ ਕਾਰਡ ਫਾਰ ਦੀ ਪੋਸਟ ਆਫ ਤੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਬਹੁਤ ਸਾਰੇ ਪੋਸਟਰ ਨੂੰ ਕੰਬਾਈਨ ਕਰਕੇ ਇੱਕ ਹੀ ਰਿਟਨ ਐਗਜ਼ਾਮੀਨੇਸ਼ਨ ਇਥੇ ਜੋ ਲਿਆ ਜਾਵੇਗਾ ਜਿਵੇਂ ਕਿ ਪਟਵਾਰੀ ਦਾ ਗੈਲਰੀ ਅਸਿਸਟੈਂਟ ਦਾ ਕੈਟਾਲੋਗਰ ਦਾ ਅਸਿਸਟੈਂਟ ਟ੍ਰੇਜ਼ਰ ਦਾ ਜੂਨੀਅਰ ਟੈਕਨੀਕਲ ਅਸਿਸਟੈਂਟ ਦਾ ਬੁੱਕ ਬਾਈਂਡਰ ਅਤੇ ਫੀਲਡ ਆਰਟਿਸਟ ਦਾ ਇਥੇ ਜੋ ਕਿ ਐਗਜ਼ਾਮ ਸਾਰਿਆਂ ਦਾ ਇਕੱਠਾ ਹੋਵੇਗਾ ਇਹ ਐਗਜ਼ਾਮ ਹੈ ਜੀ 12 ਤਰੀਕ 14 ਮਈ ਨੂੰ ਤੇ ਇਥੇ ਦੇਖ ਸਕਦੇ ਹੋ ਕਿ ਜੋ ਤੁਸੀਂ 12 ਤਰੀਕ ਨੂੰ ਫਿਰ ਤੋਂ ਰੀਵਿਜ਼ਿਟ ਕਰਨਾ ਹੈ ਇਹਨਾਂ ਦੀ ਸਾਈਟ ਦੇ ਉੱਤੇ ਆਪਣੇ ਐਡਮਿਟ ਕਾਰਡ ਦੇ ਸੈਂਟਰ ਨੂੰ ਚੈੱਕ ਕਰਨ ਲਈ ਤੇ ਅੱਜ ਤੁਸੀਂ ਐਡਮਿਟ ਕਾਰਡ ਕਿਵੇਂ ਚੈੱਕ ਕਰ ਸਕਦੇ ਹੋ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਡਾਊਨਲੋਡ ਐਡਮਿਟ ਕਾਰਡ ਰੋਲ ਨੰਬਰ ਆਹੀਂ ਤੇ ਜਾਂ ਫਿਰ ਐਡਮਿਟ ਕਾਰਡ ਡਾਊਨਲੋਡ ਐਪਲੀਕੇਸ਼ਨ ਨੰਬਰ ਆਹੀਂ ਤੇ ਸੀ ਐਪਲੀਕੇਸ਼ਨ ਨੰਬਰ ਹੈ ਜੋ ਐਡਮਿਟ ਕਾ ਨੂਨ ਡਾਊਨਲੋਡ ਕਰੋਗੇ ਕਿਉਂਕਿ ਰੋਲ ਨੰਬਰ ਤਾਂ ਤੁਹਾਡੇ ਕੋਲ ਨਹੀਂ ਹੋਵੇਗਾ ਤੇ ਇੱਥੇ ਤੁਸੀਂ ਐਪਲੀਕੇਸ਼ਨ ਨੰਬਰ ਉੱਤੇ ਕਲਿੱਕ ਕਰ ਦੇਣਾ ਹੈ ਤੇ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ ਤੇ ਇੱਥੇ ਤੁਸੀਂ ਐਪਲੀਕੇਸ਼ਨ ਨੰਬਰ ਨੂੰ ਭਰਨਾ ਹੈ ਤੇ ਆਪਣੀ ਡੇਟ ਆਫ ਬਰਥ ਨੂੰ ਭਰਨਾ ਹੈ ਸਿੱਧਾ ਤੁਸੀਂ ਜਨਰੇਟ ਐਡਮਿਟ ਕਾਰਡ ਉੱਤੇ ਕਲਿੱਕ ਕਰ ਦੇਣਾ ਹੈ ਤੇ ਦੋਸਤੋ ਇੱਥੇ ਅਸੀਂ ਐਪਲੀਕੇਸ਼ਨ ਨੰਬਰ ਅਤੇ ਡੇਟ ਆਵਰ ਤੁਹਾਨੂੰ ਭਰ ਦਿੱਤਾ ਹੈ ਤੇ ਡੇਟ ਆਵਰਤ ਕਿਵੇਂ ਭਰਨੀ ਹੈ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਜਨਰੇਟ ਐਡਮਿਟ ਕਾਰਡ ਉੱਤੇ ਕਲਿੱਕ ਕਰ ਦੇਣਾ ਹੈ ਤੇ ਬਹੁਤ ਸਾਰੇ ਕੈਂਡੀਡੇਟ ਇਸ ਵੇਲੇ ਜੋ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਰਹੇ ਹੋਣਗੇ ਇਸੇ ਕਾਰਨ ਜੋ ਸਾਈਟ ਸਹੀ ਤਰੀਕੇ ਨਾਲ ਵਰਕਰ ਨਹੀਂ ਕਰ ਰਹੀ ਹੋਵੇਗੀ ਤੁਹਾਨੂੰ 에ਰਰ ਵੀ ਕੋਈ ਸ਼ੋ ਹੋ ਰਿਹਾ ਹੋਵੇਗਾ ਤੇ ਇੱਥੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਜਨਰੇਟ ਐਡਮਿਟ ਕਾਰਡ ਉੱਤੇ ਕਲਿੱਕ ਕਰਨਾ ਹੈ ਤੁਸੀਂ 2-3 ਵਾਰ ਇਸਤੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਡਾ ਇੱਥੇ ਐਡਮਿਟ ਕਾਰਡ ਇੱਕ ਵਾਰੀ ਜੋ ਸ਼ੋ ਹੋ ਜਾਵੇਗਾ ਜਿਵੇਂ ਕਿ ਤੁਸੀਂ ਇੱਥੇ ਚੈੱਕ ਕਰ ਹੀ ਰਹੇ ਹੋ ਕਿ ਇੱਥੇ ਅਸੀਂ 2-3 ਵਾਰ ਇੱਥੇ ਕਲਿੱਕ ਕੀਤਾ ਹੈ ਜੋ ਕਿ ਸਾਡਾ ਐਡਮਿਟ ਕਾਰਡ ਹਾਲੇ ਤੱਕ ਵੀ ਇੱਥੇ ਜੋ ਸ਼ੋ ਨਹੀਂ ਹੋ ਰਿਹਾ ਤਾਂ ਇੱਥੇ ਤੁਸੀਂ ਡਾਊਨਲੋਡ ਐਡਮਿਟ ਕਾਰਡ ਵੀ ਜੋ ਕਰ ਸਕਦੇ ਹੋ ਜੋ ਕਿ ਇੱਥੇ 에ਰਰ ਸ਼ੋ ਕਰ ਰਿਹਾ ਹੈ ਵਰਤੂ ਸੀ ਜਨਰੇਟ ਐਡਮਿਟ ਕਾਰਡ ਉਤੇ ਜੋ ਕਲਿੱਕ ਕਰੋਗੇ ਤਾਂ ਤੁਹਾਨੂੰ ਇਸ ਦੇ ਵਿੱਚ ਜੋ ਐਡਮਿਟ ਕਾਰਡ ਤੁਹਾਡਾ ਜੋ ਡਾਊਨਲੋਡ ਹੋ ਜਾਵੇਗਾ ਤੁਸੀਂ ਜੋ ਐਗਜ਼ਾਮ ਡੇਟ ਤੇ ਬਾਕੀ ਤੁਸੀਂ ਚੀਜ਼ਾਂ ਨੂੰ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਐਡਮਿਟ ਕਾਰਡ ਜੋ ਕਿ ਸਾਡਾ ਇੱਥੇ ਸ਼ੋਅ ਕਰ ਰਿਹਾ ਹੈ ਬਟ ਹਾਲੇ ਤੱਕ ਜੋ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਿਹਾ ਜੋ ਕਿ ਸਰਵਰ 에ਰਰ ਦੀ ਪ੍ਰੋਬਲਮ ਕਰਕੇ ਹੋ ਰਿਹਾ ਹੈ ਤੇ ਇੱਥੇ ਤੁਸੀਂ ਪਟਵਾਰੀ ਦਾ ਜੋ ਦੇਖ ਸਕਦੇ ਹੋ ਐਗਜ਼ਾਮ ਜੋ ਪਟਵਾਰੀ ਦਾ ਹੈ ਤੇ ਰੋਲ ਨੰਬਰ ਇੱਥੇ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਡਿਟੇਲ ਦੀ ਗੱਲ ਕਰੀਏ ਤਾਂ ਐਗਜ਼ਾਮੀਨੇਸ਼ਨ ਜੋ ਲੋਕੇਸ਼ਨ ਹੈ ਜੋ ਚੰਡੀਗੜ੍ਹ, ਮੁਹਾਲੀ, ਜਲੰਧਰ, ਫਤਿਹਗੜ੍ਹ ਸਾਹਿਬ, ਰੋਪੜ, ਪਟਿਆਲਾ, ਲੁਧਿਆਣਾ ਇਹ ਤੁਹਾਡੇ ਇਹਨਾਂ ਸੈਂਟਰਾਂ ਵਿੱਚੋਂ ਕੋਈ ਇੱਕ ਤੁਹਾਡਾ ਸੈਂਟਰ ਬਣ ਸਕਦਾ ਹੈ ਇਸੇ ਹੀ ਕਰਕੇ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਤੁਸੀ ਰੀਵਿਜ਼ਿਟ ਕਰਨਾ ਹੈ 12 ਤਰੀਕ ਨੂੰ ਤਾਂ ਜੋ ਉਸ ਦਿਨ ਤੁਹਾਡੇ ਜੋ ਸੈਂਟਰ ਦਾ ਅ alloate ਹੋ ਜਾਣ ਇਸੇ ਕਰਕੇ ਤੁਸੀਂ ਰੀਵਿਜ਼ਿਟ ਕਰੋਗੇ 12 ਤਰੀਕ ਨੂੰ ਤੇ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕੋਗੇ ਤੇ ਇੱਥੇ ਦੇਖ ਸਕਦੇ ਹੋ ਕਿ ਫੋਰ ਐਗਜ਼ਾਮ ਸੈਂਟਰ ਐਡਰੈਸ ਤੇ ਇੱਥੇ ਨਾਲ ਹੀ ਦੱਸਿਆ ਗਿਆ ਹੈ ਕਿ 10 ਵਜੇ ਤੱਕ ਤੁਸੀਂ ਚੈੱਕ ਕਰ ਸਕਦੇ ਹੋ 12 ਤਰੀਕ ਨੂੰ ਆਪਣੇ ਐਡਮਿਟ ਕਾਰਡ ਨੂੰ ਤੇ ਇੱਥੇ ਡੇਟ ਆਫ ਐਗਜ਼ਾਮੀਨੇਸ਼ਨ ਦੇਖ ਸਕਦੇ ਹੋ 14 5 2023 ਐਗਜ਼ਾਮ ਟਾਈਮ ਕੀ ਹੈ ਜੋ ਕਿ ਦੇ ਦੁਪਹਿਰ ਦੀ ਸ਼ਿਫਟ ਹੈਜ਼ ਦੇ ਵਿੱਚ ਜੋ 12:30 ਤੋਂ ਲੈ ਕੇ ਜੋ 2:30 ਵਜੇ ਤੱਕ ਤੁਹਾਡਾ ਐਗਜ਼ਾਮੀਨੇਸ਼ਨ ਹੋਵੇਗਾ ਐਗਜ਼ਾਮ ਡਿਊਰੇਸ਼ਨ ਹੈ ਜੋ 150 ਮਿੰਟ ਦੀ ਤੇ ਇੱਥੇ ਦੇਖ ਸਕਦੇ ਹੋ ਕਿ ਨੋਟ ਕੈਂਡੀਡੇਟ ਅਲਾਉਡ ਐਂਟਰ ਦੀ ਵੈਨਿਊ ਆਫਟਰ 2 ਵਜੇ ਤੋਂ ਬਾਅਦ ਕੋਈ ਵੀ ਇੱਥੇ ਜੋ ਅਲਾਉਡ ਨਹੀਂ ਕੀਤਾ ਜਾਵੇਗਾ ਤੇ ਇਸੇ ਕਰਕੇ ਤੁਸੀਂ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਪਹਿਲਾਂ ਤੋਂ ਹੀ ਪਹੁੰਚ ਜਾਣਾ ਹੈ ਸਮੇਂ ਤੋਂ ਪਹਿਲਾਂ ਤੇ ਇੱਥੇ ਜੋ ਸੈਲਫ ਡੈਕਲੇਰੇਸ਼ਨ ਹੈ ਉਹ ਕੋਵਿਡ-19 ਦਾ ਉਹ ਵੀ ਤੁਸੀਂ ਇੱਥੇ ਭਰਨਾ ਹੈ ਤੇ ਇਸ ਨੂੰ ਤੁਸੀਂ ਜੋ ਆਪਣੇ ਪ੍ਰਿੰਟਰ ਕਰ ਲੈਣਾ ਹੈ ਐਡਮਿਟ ਕਾਰਡ ਨੂੰ ਤੇ ਉਸ ਤੋਂ ਬਾਅਦ ਤੁਸੀਂ ਦੋਸਤੋ ਐਡਮਿਟ ਕਾਰਡ ਨੂੰ ਤੁਸੀਂ ਡਾਊਨਲੋਡ ਕਰਕੇ ਪ੍ਰਿੰਟ ਕਰ ਲੈਣਾ ਹੈ ਤੇ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗੀ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਜੋ ਪੰਜਾਬ ਪਟਵਾਰੇ ਦਾ ਜੋ ਐਗਜ਼ਾਮੀਨੇਸ਼ਨ ਹੈ ਉਸ ਦੇ ਐਡਮਿਟ ਕਾਰਡ ਆਊਟ ਕਰ ਦਿੱਤੇ ਗਏ ਹਨ ਤੇ ਇਹਨਾਂ ਸੈਂਟਰਾਂ ਵਿੱਚੋਂ ਤੁਹਾਡਾ ਕੋਈ ਇੱਕ ਸੈਂਟਰ ਇੱਥੇ ਪਣ ਸਕਦਾ ਹੈ ਤੇ ਐਗਜ਼ਾਮ ਡੇਟ ਹੈ ਜੀ 14 5 2023 ਤੇ ਇਸ ਤਰ੍ਹਾਂ ਤੁਸੀਂ ਐਗਜ਼ਾਮ ਡਿਟੇਲ ਬਾਰੇ ਚੈੱਕ ਕਰ ਸਕਦੇ ਹੋ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਊਗੀ ਤੇ ਦੋਸਤੋ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈ ਜੰਨ